ਹੁਸੈਨ ਦੀ ਮਜਲਿਸ ਵਿੱਚ ਬੋਲਣ ਦਾ ਪਤਾ ਨਾ ਹੋਵੇ ਉਸ ਬੰਦੇ ਨੂੰ ਜੀਣ ਦਾ ਫਾਇਦਾ ਨਹੀਂ। ਇਮਾਮ ਹੁਸੈਨ ਬੜਾ ਕਰੀਮ ਕਰੀਮ ਹੀ ਬਣੇ ਕਰੀਮ, ਜ਼ਿੰਮੇਦਾਰੀ ਨਾਲ ਪਿਆਦਾ ਜਿਹਨੂੰ ਮੁਹੰਮਦ ਨਾ ਦੇਵੇ ਉਹਨੂੰ ਹੁਸੈਨ ਦੇ ਦਿੰਦਾ। ਉਸ ਬੰਦੇ ਨੂੰ ਮੇਰਾ ਸਲਾਮ ਬਈ ਤਈ ਚਾਹੀਦੀ। ਭਲਵਾਨ ਜੀ ਲਫ਼ਜ਼ ਅਗਲਿਆ, ਹਰ ਬੰਦਾ ਮੇਰੇ ਨਾਲ ਸ਼ਾਮਿਲ ਹੋ ਜਾਏ। ਸਤਰ ਮੁਕੰਮਲ ਕਰਸਾਂ, ਜਿਹੜਾ ਹਾਜ਼ਰ ਹੋਇਆ ਕਮ ਅਜ਼ ਕਮ ਬੇਸਾਖਤ ਬੋਲੇ ਸੀ। ਯੇ ਨਾ ਕਹੋ ਕਿ ਦੋ ਸ਼ਹਜ਼ਾਦੋਂ ਕੀ ਜੰਗ ਥੀ, ਉਨਕੇ ਇਰਾਦੇ ਅਲੱਗ, ਇਨਕੇ ਇਰਾਦੇ ਅਲੱਗ, ਉਨਕੇ ਇਰਾਦੇ ਅਲੱਗ, ਇਨਕੇ ਇਰਾਦੇ ਅਲੱਗ, ਲਕੀਰ ਖੇਚ ਕੇ ਬਦਲਾ ਦਿਆ ਯੇ ਬਾਜ਼ੀ ਨੇ। ਇਮਾਮ ਜ਼ਾਦੇ ਅਲੱਗ ਹੈ, ਹਰਾਮ ਜ਼ਾਦੇ ਅਲੱਗ। ਸ਼ਾਬਾਸ਼ ਸਲੇ ਹੱਥ ਕਿਸੇ ਨੇ ਵਾਲਾ ਰੋ ਹੱਥ ਚੇ ਹੈ ਲਈ ਲਕੀਰ ਖੇਚ ਕੇ ਬਤਲਾ ਦਿਆ ਯੇ ਗਾਜ਼ੀ ਨੇ। ਇਮਾਮ ਜ਼ਾਦੇ ਅਲੱਗ ਹੈ, ਹਰਾਮ ਜ਼ਾਦੇ। ਅੱਲਾ ਤੁਹਾਨੂੰ ਸਲਾਮਤ ਰੱਖੇ ਜੀ। ਦੋ ਚਾਰ ਬੰਦੇ ਸਿਰ ਹਲਾ ਗਏ, ਸੱਤ ਜਮਾਦੀ ਉਸਾਨੀ, ਜਮਾਤ ਰਬੀ ਉਸਾਨੀ, ਕੋਟਲਾ ਚੱਕਰ, ਸੈਦ ਕੋਲ ਬਿਸ਼ਰਤ ਜ਼ਿੰਦਗੀ, 28 ਮਾਰਚ ਵੀ ਇਨਸ਼ਾਅੱਲਾ ਜਾਣ ਵਾਲੇ ਬਿਸ਼ਰਤ ਜ਼ਿੰਦਗੀ, 11 ਵਜੇ ਜੀ ਇਨਸ਼ਾਅੱਲਾ ਨੌਕਰੀ ਕਰ ਸਕੇ। ਹੋਰ ਜਿਹੜੀਆਂ ਡਿਊਟੀਆਂ ਪੂਰੀ ਤਵੱਜੋ ਜੀ। ਹੁਸੈਨ ਕਰੀਮ ਬਨੇ ਕਰੀਮ, ਜ਼ਾਕਿਰਾਂ ਦੀ ਮਾਸ਼ਾਅੱਲਾ ਇੱਕ ਲੰਬੀ ਚੌੜੀ ਫਹਿਰਿਸਤ ਮੌਜੂਦ, ਕੁਝ ਡੇਰੇ 'ਤੇ, ਕੁਝ ਰਸਤੇ 'ਚ, ਕੁਝ ਮਿੰਬਰ 'ਤੇ, ਕਿਉਂਕਿ ਇਮਾਮ ਹੁਸੈਨ ਦਾ ਜ਼ਿਕਰ ਆ ਰਹੇ ਨੇ, ਪੜ੍ਹ ਰਹੇ ਨੇ, ਜਾ ਰਹੇ ਨੇ। ਬਾਨੀ ਹੋਣ ਦੀ ਹੈਸੀਅਤ ਨਾਲ ਮਮਨੂਨ ਆ, ਮਸ਼ਕੂਰ ਆ। ਲੇਕਿਨ ਇੱਕ ਬਾਤ ਯਾਦ ਰੱਖਿਆ ਕਰੋ, ਜਿਸ ਜ਼ਿਕਰ 'ਚ ਸਾਹ ਲੈਣਾ ਇਬਾਦਤ ਹੈ,
ਉਸ ਜ਼ਿਕਰੇ ਚ ਬੋਲਣਾ ਕਿਹੜੀ ਬੜੀ ਗੱਲ ਹੈ। ਜਿਹੜੇ ਬੰਦੇ ਨੂੰ ਸਹੀ ਅਦੇ ਹੀ ਨਹੀਂ ਪਤਾ ਕਿਹੜੇ ਮੌਸਮ ਚ ਕੀ ਖਾਣਾ ਹੈ, ਉਹਨੂੰ ਕੀ ਪਤਾ ਹੁਸੈਨ ਦਾ ਜ਼ਿਕਰ ਕੀ ਹੈ। ਅੱਲਾਹ ਤੁਹਾਨੂੰ ਸਲਾਮਤ ਰੱਖੇ, ਤੁਹਾਡਾ ਵਕਤ ਜ਼ਾਇਆ ਨਹੀਂ ਕਰਨਾ ਚਾਹੁੰਦਾ। ਤੁਸੀਂ ਆਪਣਾ ਵੀ ਬਚਾਓ, ਮੇਰਾ ਬਚਾਓ, ਮੈਂ ਜ਼ਾਕਰੀਨ ਦਾ ਬਚਾਵਾਂ, ਕਿਉਂਕਿ ਮੇਰੇ ਭਾਈ ਦਾ ਹੁਕਮ ਹੀ ਮੈਂ ਵੱਜਣਾ ਹੀ ਅੱਗੇ 4 ਵਜੇ ਮੈਂ ਪੜ੍ਹਨਾ। ਉਸ ਆਖਿਆ ਭਾਈ ਪੜ੍ਹ ਕੇ ਜਾਣਾ, ਮੈਂ ਕਿਹਾ ਮੈਂ ਆ ਕੇ ਵੱਲ ਪੜ੍ਹਦਾ। ਉਸ ਆਖਿਆ ਨਹੀਂ ਜਾਣਾ ਹੀ ਉਸ ਵੇਲੇ ਜਦੋਂ ਪੜ੍ਹਨਾ ਹੈ। ਮੈਂ ਗੱਡੀ 'ਚ ਬਹਿ ਗਿਆ, ਮੈਨੂੰ ਵਾਪਸ ਲਿਆ, ਸਰ ਪੜ੍ਹ ਕੇ ਜਾਓ, ਇਸ ਵਾਸਤੇ ਜਲਦੀ ਮੈਂ ਮੈਂਬਰ ਤਿਆਰ ਰਹੋ। ਹੁਸੈਨ ਏਡਾ ਕਰੀਮ ਹੈ, ਜਿਹਨੂੰ ਮੁਹੰਮਦ ਨਾ ਦੇਵੇ ਉਹਨੂੰ ਹੁਸੈਨ ਦਿੰਦਾ। ਪਿਛਲੇ ਬੰਦੇ ਸ਼ਾਮਿਲ ਹੋ ਜੀ ਮਜਲਿਸ ਵਿੱਚ, ਪਿਛਲੇ ਸ਼ਾਮਿਲ ਹੋ ਜੀ, ਪਿਛਲੇ ਜਿਹੜੇ ਦੀਵਾਰ ਤੱਕ ਖੜੇ ਹੋ ਬੈਠੇ ਹੋ। ਹੁਸੈਨ ਏਡਾ ਕਰੀਮ ਹੈ, ਜਿਹਨੂੰ ਮੁਹੰਮਦ ਨਾ ਦੇਵੇ ਉਹਨੂੰ ਹੁਸੈਨ ਦਿੰਦਾ। ਜਿੱਥੇ ਜਿੱਥੇ ਕੋਈ ਬੈਠੇ ਹੁਸੈਨ ਦਾ ਸਦਕਾ ਖਾਂਦਾ ਹੈ, ਜੇ ਖਾਂਦਾ ਤੇ ਫਿਰ ਕੀ ਸਦਕਾ ਤੇ ਈਦ ਕਰੇ। ਜਿਹਨੂੰ ਮੁਹੰਮਦ ਇੱਕ ਨਾ ਦੇਵੇ ਹੁਸੈਨ ਉਹਨੂੰ ਸਭ ਦਿੰਦਾ। ਸ਼ਾਬਾਸ਼, ਚੱਲ ਹੱਥ ਕਿਸੇ ਨੇ ਮੋਹਤਾਜ ਲਾਉਣ ਦੇ ਕੀ ਸਦਕੇ ਜਾਵਾਂ। ਜਿਹਨੂੰ ਮੁਹੰਮਦ ਇੱਕ ਨਾ ਦੇਵੇ ਹੁਸੈਨ ਉਹਨੂੰ ਸਭ ਦਿੰਦਾ। ਦੇ ਕੇ ਨਹੀਂ ਪੁੱਛਦਾ ਤੇਰੀ ਜ਼ਾਤ ਕੀ ਹੈ। ਆਹ ਕਿਆ ਬਾਤ ਹੈ ਯਾਰ, ਬੜਾ ਜ਼ੀਰਕ ਮਜਮਾ ਬਈ। ਦੇ ਕੇ ਕਿਬਲਾ ਦੇ ਕੇ ਨਹੀਂ ਪੁੱਛਦਾ ਤੇਰੀ ਜ਼ਾਤ ਕੀ ਹੈ, ਨਹੀਂ ਪੁੱਛਦਾ ਤੂੰ ਆਇਆ ਕਿੱਥੋਂ ਹੈ। ਕਰੀਮ ਇਬਨੇ ਕਰੀਮ, ਕਰੀਮ ਦਾ ਮਾਨੇ ਬਿਨ ਮੰਗੇ ਅਤਾ ਕਰਨੇ ਵਾਲਾ। ਕਦੇ ਬਹਿ ਕੇ ਸੋਚ ਤਾਂ ਸਹੀ, ਜਿਹੜਾ ਬਗੈਰ ਮੰਗਿਆ ਅਤਾ ਕਰੇ ਉਹ ਕਰੀਮ ਕਿੱਡਾ ਵੱਡਾ ਮੌਲੀ ਸਾਹਿਬ, ਉਹ ਬਾਦਸ਼ਾਹ ਕਿੱਡਾ ਵੱਡਾ ਹੈ। ਲਾਈਵ ਪਈ ਚੱਲਦੀ ਹੈ, ਪੂਰੀ ਦੁਨੀਆ ਪਈ ਸੁਣਦੀ ਹੈ, ਜ਼ਾਕਰੀਨ ਮੇਰੇ ਕੋਲ ਮੌਜੂਦ ਹਨ। ਕੋਈ ਬੋਲੇ ਨਾ ਬੋਲੇ, ਸਤਰ ਤੇ ਗੁਲਾਮ ਬਾਸ ਜ਼ਰੂਰ ਬੋਲੇ ਸੀ, ਸਤਰ ਗੁਲਾਮ ਬਾਸ ਆਖਣ ਲੱਗਾ। ਕੋਈ ਬੋਲੇ ਨਾ ਬੋਲੇ, ਕਮ ਅਜ਼ ਕਮ ਸਤਰ ਦੀ ਸਮਝ ਤੈਨੂੰ ਜ਼ਰੂਰ ਸੀ। ਮੈਂ ਤੈਨੂੰ ਜਾਣਨਾ, ਮੈਂ ਸਤਰ ਪਿਆਨਾ। ਹੁਸੈਨ ਏਡਾ ਕਰੀਮ ਹੈ, ਅੱਲਾਹ ਦੇ ਬੰਦੇ ਹੁਸੈਨ ਛੁੜਾ ਦਿੰਦਾ। ਹਾਏ 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 ਹਾਏ, ਕੋ ਪਹੁੰਚ ਗਿਆ ਤੁਸੀਂ ਸਲਾਮ, ਕਿਹੜਾ ਨਾ ਬੋਲਿਆ ਹੁਣ ਫਿਰ ਸਲਾਮ। ਕਿਆ ਬਾਤ ਹੈ, ਹੱਦ ਉੱਚੇ ਹੈ ਅਲੀ, ਅੱਲਾਹ ਦੇ ਬੱਧੇ ਹੁਸੈਨ ਛੁੜਾ। ਦਲੀਲ ਦੇਣਾ, ਪਤਾ ਬਾਅਦ ਜੀ ਕਿਸੇ ਨੂੰ ਇਲਮ ਦਾ ਹੈਜ਼ਾ ਹੋ ਜਾਏ, ਆਹ ਦਲੀਲ ਦੇਣਾ ਮੇਰਾ ਹੱਕ ਹੈ। ਫੁਤਰਸ ਨੂੰ ਸਜ਼ਾ ਕਹਿ ਦਿੱਤੀ, ਸ਼ਿਫਾ ਕਹਿ ਦਿੱਤੀ। ਕਿਆ ਬਾਤ ਹੈ, ਚਲੋ ਮੈਂ ਪਿੱਛੇ ਰੁਕ ਗਿਆ, ਉਹਨਾਂ ਅੱਗੇ ਲਫ਼ਜ਼ ਵਧਾ ਦਿੱਤਾ। ਉਹਨਾਂ ਆਖਿਆ ਹੁਸੈਨ ਨਹੀਂ ਦਿੱਤੀ, ਹੁਸੈਨ ਦੇ ਝੂਲੇ। ਕਦੇ ਬਹਿ ਕੇ ਸੋਚੀ ਉਹ ਭਾਈ ਜਿਹੜਾ ਝੂਲਾ ਏਡਾ ਕਰੀਮ ਹੈ, ਹੁਸੈਨ ਕਿਹੜਾ ਕਰੀਮ ਹੈ। ਹੁਣ ਸਲਾਮ ਹੈ ਭਾਈ, ਤੁਮ ਸਲਾਮ ਹੈ, ਬਈ ਜਿਹਦਾ ਝੂਲਾ ਏਡਾ ਕਰੀਮ ਉਹ ਹੁਸੈਨ ਆਪ ਕਿਹੜਾ ਕਰੀਮ, ਕਿਹੜਾ ਵੱਡਾ ਬਾਦਸ਼ਾਹ ਹੈ ਮੇਰਾ ਹੁਸੈਨ, ਕਿਹੜਾ ਵੱਡਾ ਸ਼ਹਿਨਸ਼ਾਹ ਹੈ ਮੇਰਾ ਹੁਸੈਨ, ਬੰਦੇ ਦੀ ਸਮਝ 'ਚ ਨਹੀਂ ਆ ਸਕਦਾ। ਮੈਂ ਜਿਸ ਵੇਲੇ ਦਾ ਸੈਯਦ ਹਾਜ਼ਰ ਹੋਇਆ ਨਾ, ਮੈਂ ਉਸ ਵੇਲੇ ਦਾ ਸੋਚ ਰਿਹਾ ਜਿਹੜਾ ਜ਼ਾਕਰ ਮੇਰੇ ਬਾਦਸ਼ਾਹ ਦਾ ਉੱਠਿਆ ਨਾ। ਉਸ ਸਰਕਾਰੇ ਮੁਹੰਮਦ ਦੀ ਗੱਲ ਨਹੀਂ ਕੀਤੀ। ਹਾਂ, ਰਬੀ ਉਲ ਅਵਲ ਦਾ ਮਹੀਨਾ ਹੋਵੇ, ਸਰਕਾਰੇ ਮੁਹੰਮਦ ਦੀ ਗੱਲ ਨਾ, ਅੱਗੇ ਇਤਰਾਜ਼ ਨਹੀਂ ਮੁੱਕਦੇ ਸ਼ੀਆਂ 'ਤੇ। ਸਰਕਾਰੇ ਮੁਹੰਮਦ ਬੰਦੇ ਆ ਦਿਨ, ਸਰਕਾਰੇ ਮੁਹੰਮਦ ਸ਼ੀਆ ਪੜ੍ਹਦੇ ਹੀ ਨਹੀਂ ਬਈ, ਸਾਡੀ ਔਕਾਤ ਹੀ ਨਹੀਂ, ਅੱਲਾਹ ਦਾ ਮਾਸ਼ੂਕ ਕੀ ਪੜ੍ਹੀਏ। ਖਾਕੀ ਬੰਦਾ ਕੀ ਜਾਣੇ ਪਾਕ ਮੁਹੰਮਦ ਦੀ ਸ਼ਾਨ ਕੀ ਹੈ। ਸੁਬਾਹ ਤੋਂ ਹੁਣ ਤਾਈਂ ਮਜਲਿਸ ਸ਼ੁਰੂ ਹੈ, ਜ਼ਾਕਰ ਇਮਾਮ ਹੁਸੈਨ ਦੇ ਜੌਕ ਦਰ ਜੌਕ ਆ ਰਹੇ ਨੇ, ਜੌਕ ਦਰ ਜੌਕ ਪੜ੍ਹ ਰਹੇ ਨੇ। ਤੁਸੀਂ ਕਮਾਲ ਸੁਣ ਰਹੇ ਹੋ, ਫਰਦੇ ਸਾਨੀ ਤੱਕ ਮੈਨੂੰ ਅੰਦਾਜ਼ਾ ਹੋਏਗਾ ਇਸ ਸ਼ੇਰ ਦੀ, ਸੈਯਦ ਕਸੀਦੇ ਦੀ ਫਰਦੇ ਸਾਨੀ, ਕਸੀਦੇ ਦੀ ਫਰਦੇ ਸਾਨੀ ਤੱਕ ਅੰਦਾਜ਼ਾ ਹੋਏਗਾ ਵੀ ਕਸੀਦਾ ਪੂਰਾ ਪੜ੍ਹਾਂ ਜਾਂ ਇੱਥੋਂ ਹੀ ਬੰਦ ਪੜ੍ਹ ਕੇ ਸਲਾਮ ਕਰ ਜਾਵਾਂ। ਮੈਂ ਬਾਨੀ ਦੀ ਹੈਸੀਅਤ ਜਾਂ ਕੋਈ ਮਨਾਉਣ 'ਤੇ ਆਇਆ ਨਹੀਂ। ਕਸੀਦੇ ਦੀ ਫਰਦੇ ਸਾਨੀ ਪਤਾ ਲੱਗੇਗਾ ਵੀ ਪੂਰਾ ਪੜ੍ਹਾਂ ਜਾਂ ਇੱਥੇ ਹੀ ਬੰਦ ਪੜ੍ਹ ਕੇ ਸਲਾਮ ਕਰ ਜਾਵਾਂ। ਤਿਆਰ ਹੋ ਜੀ, ਗਾ ਜਮਾ
बात है जी। आजादार जियो, लख वारी जियो, मैं लख वारी पढ़ता सर जी, मैं बिस्मिल्लाह करा सुनाने लगा हूं। खुदा का हकीकी बयां है मोहम्मद के कुरान की भी जुबा है मोहम्मद। मनदा ही नहीं मैं जानो वाले दी धरती होवे एडे अजादार मौजूद होवन। रियाज में शेर बड़ा बंदा शेर हला जे मैं आया क्यों हां। अपने आप ते नहीं ओदी अता ते फखर है शेर पे पड़दा हत्था झाथ पा वो नहीं बोलना नबल चेक करी क्योंकि तेज हो जानी है। शेर औखा आ गया माशाल्लाह मैदान कसीदा पे पढ़दा हां केड़ा समझ नहीं आई इत्थे खड़ो के समझ नहीं आंदी अगे आ जा सलवात पढ़ो हुसैन दी जात ते ये कसीदा मेरी मर्जी दा फिर सैयद ही मैं गल मन्ना क्योंकि सैयद फिरा होया इमाम हुसैन दा दादार होया। कसीदा पे पढ़दा जी फर्दे सानी तक क्योंकि इहदी फर्दे सानी औखी है वो पढ़नी सौखी है पचानी औखी है। हाँ हाँ मैं सच्ची गल पे करदा जा फिर बाकर जो मैं आखा कैमरा मोड़ने मत्थे ते फोकस करना है क्योंकि जो मजले शुरू हुई है मुफ्ती साहब एक कमाल गल की थी कि जानू अल्लाह विलायत दा मरकज है फर्दे सानी पे पढ़ता मेरे देखी नाम है दर से जो चलता है वो क्या लगेता है कैमरा मोड़ी बाकी मैं सतरा था वो मुसल्ले पे भी
ہاتھ اونچے پھر کے لال کر نار کوئی بھی ہوے متھے پڑ لے بندہ لب جاسی دور جان دی لوڑ ہی نہیں کیمرا شکلا ویدا ہے بارواں شجرے ویدا ہے ملنگ بیٹھا چوک وچ پہلوان جی ملنگ بیٹھا چوک بسم اللہ انشاءاللہ دو شوال قبلہ کول ضرور اس سال حاضری دے دے پے دو شوال سات جمادی آسانی جلال پور پیر والے بشرط زندگی نوکری کرے یہ انج کر کے بیٹھا ملنگ حالانکہ ملنگ چپ نہیں باندا یہ ملنگ عجیب ہے چپ بیٹھے رمز ویکھے جے ملنگ دی کی ہے آیو میں صدقے جاواں میرا دل لے بھی میں کڈ لواں کلے کلے بندے دے سامنے کھڑو کے آکھاں شیر دھیان نال سنی شیر دھیان نال سنی شیر ضائع نہ ہو جائے بیٹھا ملنگ سید ملنگ بیٹھا کولو ایک واری ملا لنگیا تے ملنگ چپ دوسرے دیہڑے لنگیا تے ملنگ چپ تریے دیہڑے پھر ملنگ دے کولو لنگیا ملا میرے ویکھی ملنگ ویکھ کے پیدا علی حق کے میرے پیچھے رہ گئے انہوں نے میرا سلام علی حق کے کیسر شاہ جی علی حق دا نعرہ لگنا ان تکلیف ہو گئی وہ جتھے ٹردا پیا نا بابا جی اتھے کھڑا ہو گیا انج مڑ کے کافر ہو گیا کافر ملنگ نو پیا کہ کافر ہو گئے ملنگ کہ میں تینوں آکھیا کی اس آکھیا تو شیعہ ہو گیا شیعہ دو دیہڑے ٹھیک رہے ہیں آج تکلیف ہو گئی میں تیرے کولوں لنگدا رہا بھی تو ٹھیک ہے آج پہلے علی حق کے ملنگا کہ میرے نال لڑدا کیوں متار چالی ملنگ نے اوے میرے نال کیوں لڑدا ہے اس آکھیا تین دین دنیا بھول گئی جتھے کھڑے ہو بیٹھے ہو جدو اس آکھیا دین دنیا بھول گئی ملنگا دے حکم دی ماں دا بچہ تینوں پتہ ہی کوئی نہیں دین زندہ ہے جو اس دین کی ہے جان علی میں کافی دن بعد میں پچھلے دہاڑے دو ترے مجلس سنت نہیں آ سکیا کیونکہ دور ہم ایک تو میں پاکستان تو باہر ہم اس لیے نہیں آ سکیا تو کچھ میری طبیعت اس قابل نہیں میں ڈیوٹی تو نہیں جڑیاں نہیں پڑھ سکیا وہ معذرت جڑیاں نہیں پڑھ سکیا انہیں ساری دی داد کٹھی کرے میں ستر رکھنے لگا میرے لیے کھڑے ملنگ پہ دے او کملی ماں دا بچہ تینوں پتہ ہی کوئی نہیں دین زندہ ہے جو اس دین کے ہے جان لے دین زندہ ہے جو اس دین سر چاہو قابو ہو تو کہے کچھ بھی مگر میرا ہے ایمان علی کہے کچھ بھی مگر میرا جواب ملنگ مفتی صاحب ایتھے کھڑے ہو جاؤ جتھے ایتھے کمر کھڑے ہو جاؤ باہر دی لوڑ ہی نہیں ایتھے تسی سارے اندر نہ جان دے ہو جتھے متھے تواٹا ہوئے پوچھے جے تسی بلا ہے جی گل کی دی علی دا نوکر جواب دے کہ جے دین زندہ ہے اس دین کے ہے جان لے تو کہے کچھ بھی مگر میرا ہے ایمان علی جو بھی مانگوں میں مجھے میرا علی دیتا ہے وہ جو ہر بات پہ نعرہ ہے تیرے کارامی کو سزا
ਜ਼ਿੰਦਾ ਹੈ ਜੋ ਇਸ ਦੇਨ ਕੇ ਹੈ ਜਾਨ ਦੇ ਦੇਨ ਜ਼ਿੰਦਾ ਹੈ ਜੋ ਇਸ ਦੇਨ ਕੇ ਹੈ ਜਾਨ ਲੇ ਦੇਨ ਜ਼ਿੰਦਾ ਹੈ ਜੋ ਇਸ ਦੇਨ ਕੇ ਹੈ ਜਾਨ ਲੇ ਦੇਨ ਜ਼ਿੰਦਾ ਹੈ ਜੋ ਇਸ ਦੇਨ ਕੇ ਹੈ ਜਾਨ ਲੇ ਦੇਨ ਜ਼ਿੰਦਾ ਹੈ ਜੋ ਇਸ ਦੇਨ ਕੇ ਹੈ ਜਾਨ ਲੇ ਤੂੰ ਕਹੇ ਕੁਛ ਬੇ ਮਗਰ ਮੇਰਾ ਹੈ ਮਾਨ ਲੇ ਸ਼ੇਰ ਪੜਦਾ ਜੀ ਮੁਫਤੀ ਆਬਦ ਸਾਹਿਬ ਮੇਰੇ ਕੋਲ ਮੌਜੂਦ ਜ਼ਿੰਮੇਦਾਰ ਸ਼ਖਸੀਅਤ ਬੰਨੇ ਆਦਨ ਸ਼ੀਆ ਅਲੀ ਨੂੰ ਅੱਲਾ ਆਦਨ ਤੋਬਾ ਬਈ ਤੋਬਾ ਸਾਡੀ ਮਜਾਲ ਹੀ ਨਹੀਂ ਸ਼ੇਰ ਮੈਂ ਪੜਦਾ ਦਲੀਲ ਦੇਣਾ ਨੁਸ਼ਹਿਰੀ ਨੂੰ ਜਾਣਦੇ ਨੁਸ਼ਹਿਰੀ ਨੂੰ ਨੁਸ਼ਹਿਰੀ ਅਦੇ ਅਲੀ ਅੱਲਾ ਅਲੀ ਰੱਬ ਹੈ ਮੇਰੇ ਮੌਲਾ ਤਲਵਾਰ ਮਾਰੀ ਹਰ ਇੱਕ ਪਾਸੇ ਸਾਰ ਇੱਕ ਪਾਸੇ ਪੜ੍ਹਨਾ ਨਾ ਹੀ ਸ਼ੇਰ ਪੜ੍ਹਨ 'ਤੇ ਦਿਲ ਆ ਗਿਆ ਜਿਹੜਾ ਸੋਹਣਾ ਮੌਲੀ ਸਾਹਿਬ ਇਹਨੇ ਕਬੂਲ ਕੀਤਾ ਹੈ ਨਾ ਕਿਬਲਾ ਦੀ ਮੁੱਥੋਂ ਕਿ ਥੋੜ੍ਹਾ ਜਿਹਾ ਇੰਜ ਹੋ ਜਾ ਬਈ ਇੰਜ ਹੋ ਜਾ ਇੰਜ ਹੋ ਗਿਆ ਮੁਦਸਰ ਬਿਰਾ ਉਸ ਆਖਿਆ ਫਿਰ ਉੱਠ ਕੇ ਪਿਆ ਦੇ ਅੱਗੇ ਸ਼ੱਕ ਹੀ ਤੇ ਹੁਣ ਇਹ ਸ਼ੇਰ 'ਤੇ ਦਾਦ ਨਹੀਂ ਆਉਂਦੀ ਛਜਰੇ ਖੰਗਾਲ ਦੇ ਸਾਂ ਮੈਨੂੰ ਪਤਾ ਦਾਦ ਨਹੀਂ ਆਉਂਦੀ ਛਜਰੇ ਜ਼ਰੂਰ ਖੰਗਾਲ ਦੇ ਸਾਂ ਸ਼ੇਰ ਪੜ੍ਹਦਾ ਜੀ ਕਿਬਲਾ ਤੁਸੀਂ ਗੱਲ ਕੀਤੀ ਹੈ ਵੀ ਇਹ ਜਾਨੂ ਵਾਲਾ ਵਿਲਾਇਤ ਦਾ ਮਰਕਜ਼ ਮੈਂ ਸ਼ੇਰ ਪੇ ਪੜਦਾ ਕਿਬਲ ਆਦਨ ਹੁਣ ਵੀ ਪਿਆਦਾ ਵੀ ਇਹ ਵਿਲਾਇਤ ਦਾ ਮਰਕਜ਼ ਸ਼ੇਰ ਪੇ ਪੜਦਾ ਜੀ ਨਖੇੜੇ ਹੋ ਜਾਸ ਹਰ ਇੱਕ ਪਾਸੇ ਸਾਰੇ ਪਾਸੇ 70 ਵਾਰੀ ਮਾਰਿਆ 70 ਵਾਰੀ ਜ਼ਿੰਦਾ ਕੀਤਾ ਉੱਠ ਕੇ ਆਦੇ ਅੱਗੇ ਸ਼ੱਕ ਆਈ ਤੇ ਹੁਣ ਪਾਕੇ ਚਲਾ ਲਾਇਆ ਅਲੀ ਦੇ ਚਿਹਰੇ ਤੇ ਅਲੀ ਬਾਦਸ਼ਾਹ ਫਰਮਾਉਂਦੇ ਤੈਨੂੰ ਪਤਾ ਹੀ ਕੋਈ ਨਹੀਂ ਉਹ ਮੇਰਾ ਰੱਬ ਹੈ ਜੋ ਮੁਝ ਕੋ ਖੁਦਾ ਕਹਿੰਦਾ ਸੱਚ ਹੈ ਮੇਰੇ ਦਿਲ ਮੇ ਖੁਦਾ ਰਹਿਤਾ ਹੈ ਮਗਰ ਸੱਚ ਹੈ ਸ਼ਾਬਾਸ਼ ਦਿਲ ਮੇ ਖੁਦਾ ਰਹਿਤਾ ਹੈ ਮਾਲਕ ਮੌਲਾ ਅਲੀ ਦਾ ਜਬ ਉਸੇ ਦਿਲ ਦਾ ਕੀਆ ਹੋ ਕੇ ਹੈਰਾ ਮੈਨੂੰ ਸਹਿਰੀ ਪੇ ਯਹੀ ਕਹਿਣ ਲਗਾ ਉਸ ਕਾ ਬਲਦਾ ਹੈ ਮਗਰ ਸਭ ਸੇ ਜੁਦਾ ਲਗੇਤਾ ਹੈ ਮਾਲਕ ਜ਼ਾਕਿਰ ਦੀ ਅਸੀਅਤ ਵਿੱਚ ਨਹੀਂ ਹੁਲ ਮੱਚ ਗਈ ਮੱਚ ਗਈ ਲੈ ਜ਼ੰਜੀਰ ਵਿੱਚ ਸ਼ਾਮ ਦੇ ਆਲਿਆ ਬਾਦ ਹੋ ਪਹੁ ਮੁਦਤ ਬਾਦ ਸਦਾਣੀਆਂ ਨੂੰ ਮਿਲੇ ਜ਼ਖਮੀ ਸਰ ਤੇਰਾ ਸੱਚ ਹੈ ਤੂੰ ਆਦਾ ਆਵੇਂ ਮੈਨੂੰ ਸੁਣਦੀਆਂ ਕਰੇ
استقبال کیتا ہی جملے میں دو اکھن جی بابا صدقے حضردار انہا حد پین بھین کیتے سوال میرا بھی کوئی جواب دیتا ہے اکھا ایک صدر جی کو برداشت کرے غازی یاد ہے میں یاد وسدا ویلا ہاں میں آپ تیرے حجرے جا کے اکھے میں تیرا بھیڑا نہیں میں تیرا پتر ہاں یعنی تیری وہ گل میں یاد ہے تو اکھے میں تیرا بھیڑا نہیں میں تیرا پتر ہاں بی بی ادی بھیڑا سمجھ کے نہیں چاہیا اج پتر سمجھ کے چاہیا جدی پشتی ہے دادار ہو پوری دنیا تہاڈے اس گراں دا اس پنڈ دا نام ہے اس قصبے دا اور اس چیز دا کریڈٹ قبلہ مفتی عابد صاحب حسین بھائی دنیا دے ہر خطے جا کے ہر ممبر تے جا کے انہاں ولایت علی دا پرچار کیتا ہے بہن بھرا دے دکھ دسے اولاد دے بخت ان قبلہ یہ تہاڈی مہربانی ہے تسی ساڈے بزرگاں شمار ہو ایک جملہ میں آخن لگا جس مجمع چ پورے علاقے دا مجمع ایتھے نہ آکھاں کتھے آکھاں میرے بیمار امام نو بلایا دربار چ سطر پہلی تے اوکھی مصیب دی پہلا قدم دربار چ آیا تے سپاہی نو آدھے جلدی او کرسی لے آ رسول دا پتر آ گیا باقر دا بابا رو کے کہہ دے اج پتہ لگے میں رسول دا پتر او آئے نہیں میرے سگڑا آئے نہیں کر سکیا اللہ وین قبول فرمائے دی اے پر دی اج پتہ لگے میں رسول دا پتر کیوں بلایا اے میرا عالم عباس تے کتنا ہتھ ہے میں اس جملے تے بھی منبر چھوڑ جاواں حسین دے جنرل عباس تے کٹھے بازوں دی قسم میں مطمئن ہو کے دسا کہ سطر میں اپنے حصے دی پڑ گیا کوئی سمجھے نہ سمجھے سمجھ آ گئی تیری زندگی دا روح ہے کیوں بلایا تخت لے پیا تے کتا پیا دے سجاد معمولی دی غلطی دی معافی مانگ کہتا بابا رو کے پہ دے ہو میری ماں دا برکا معمولی گئی میری بہن ماں تم سنے لگ دے دادا رو میری بہن دے دور معمولی گئی کیا بات جی سیئے دادا جی سیئے دادا جی سیئے دادا صدقے جاوا جی اللہ ہے قبول فرماوے سجاد جڑا اجڑے ہو بس دے تو بس بسے وطن لگا جا سیدہ دے کیڑا وطن کہندا وطن وطن مدینہ سیدہ دے او تے میرے نانے دے ادے نجف لگا جا سیدہ دے میرے دادے دے ادے کربلا سیدہ دے میرے باپے دے سجاد تیرا کیڑا وطن ہے رو کے پیدا میرا یو او وطن ہے جتھے رش پہ ہوئے بس جی مگائیے سجاد میں من گیا تسی جت گئے میں ہر گیا اگر کوئی مجلس سننی بیٹھا ہوئے جنہوں تو منے تینوں دا واسطہ تینوں واسطہ ہی صحابہ دا اسی پاگل نہیں اسی جھلے نہیں ایتھے او آئی ہیں بیٹھی ہیں جڑیاں کدے اپنے دے جنازیاں تے نہیں گئیاں پنجی ربیع الاول اے اسی دیاں بہنا نار اللہ کے مجلس دے جائے بانی دی اسی اتے چاہ قبلہ ہر عزادار نو پیادن خدمت دے کمی رہ گئی ہمیں کافی بن گیا ہر عزادار دے سامنے ہاتھ بن کے پیادن تسی مہمان ہو کوئی خدمت دے کمی رہ گئی کہ تو ہاتھ نہ در سکے دیا اسی کنوں نے کمینے سجاد واقعے زیور امی مان و زیور پوا رو کے پیو دے چچا پاس بازو کتا کے سمنا سکھا ماں دے ہاتھ چاپ کریا اللہ وسو شاللہ وسو شاللہ وسو جی جوانی ہے بڑھو باتو یہ دیئے قدر دے شاللہ وس دے رو جی سید آدھا جی سید آدھا جی سید آدھا جوانی ہے بڑھو
ਅਸੀਂ ਇਸ ਵਜ੍ਹਾ ਤੂੰ ਰੋਂਦੇ ਆ ਮਾਂ ਪੁੱਤਰ ਦੇ ਹੱਥ ਚ ਕੜੀਆਂ ਪਾਈਆਂ ਔਰ ਕਿਬਲਾ ਜਿਵੇਂ ਪਾਈਆਂ ਉਵੇਂ ਲਾਈਆਂ ਸੌਖਾ ਸੁਣ ਲਿਆ ਜੇ ਨਾ ਵੀ ਜਿਵੇਂ ਪਾਈਆਂ ਉਵੇਂ ਲਾਈਆਂ ਮੈਂ ਆਖਿਆ ਆਰਾਮ ਨਾਲ ਮੈਂ ਜਾਣ ਬੁੱਝ ਕੇ ਲੰਘ ਕਿਬਲਾ ਰੋ ਕੇ ਪੈਦਨ ਨਹੀਂ ਨਾ ਪਾਈਆਂ ਸੌਖੀਆਂ ਬਨਿਆਜ਼ ਸ਼ਾਹ ਹੋਰਾਂ ਦੇ ਬੇਟੇ ਨੂੰ ਉਹਦਾ ਸਰ ਫਿਰਾ ਅੱਲਾ ਬਾਬੇ ਹੋਰਾਂ ਦਰਜਾਤ ਬੁਲੰਦ ਫਰਮਾਵੇ ਉਸ ਜੁਮਲਾ ਇੱਕ ਔਖਾ ਬੜਾ ਕਹਿ ਸਕਿਆ ਜੀਂਦਿਆਂ ਨੂੰ ਪਵਾਈਆਂ ਨੇ ਮੋਹਿਆਂ ਨੂੰ ਲਾਈਆਂ ਆਇਓ ਮੈਂ ਸਦਕੇ ਜਾਵਾਂ ਆਇਓ ਮੈਂ ਸਦਕੇ ਜਾਵਾਂ ਜੀ ਸਹੀ ਹੈ ਦਾਦਾ ਜੀ ਨੇ ਰੁਪਾਈਆਂ ਤੇ ਮੁਕਰੀਆਂ ਦੀਆਂ ਲਾਈਆਂ ਬਜ਼ੁਰਗੋ ਚਿੱਟੀ ਦਾੜੀ ਵਾਲੇ ਬਜ਼ੁਰਗ ਬੈਠੋ ਕਾਫੀ ਸਾਰੇ ਮਜਲੇ ਸੱਚ ਬਾਬਾ ਵੇਣ ਮੈਂ ਕਰਦਾ ਜੀ ਸਦਕੇ ਚਲੋ ਮੈਂ ਤੁਹਾਡੇ ਜੁਮਲੇ ਦੀ ਤਾਈਦ ਅੱਗੇ ਕਰ ਦਿੰਦਾ ਤੁਸੀਂ ਜੁਮਲਾ ਕਮਾਲ ਆਖਿਆ ਵਜ਼ਾਹਤ ਕਰਕੇ ਸੱਤਰ ਆਦਾਂ ਅਤੇ ਸਜਾਦ ਜਿਹੜਾ ਉਜੜੇ ਉਹ ਵਸਦਾ ਸਹੀ ਹੈ ਦਾਦਾ ਮੈਂ ਆਪਣੇ ਬਾਬੇ ਦੇ ਖੂਨ ਦਾ ਇਕੱਲਾ ਵਾਰਸ ਨਹੀਂ ਇਹਦੇ ਹੋਰ ਵਾਰਸ ਹੈ ਜਲਦੀ ਕਰਾਂ ਜੀ ਕਿਹੜੇ ਕਿਹੜੇ ਵਾਰਸ ਸਹੀ ਦਾਦਾ ਪਹਿਲਾ ਪਹਿਲਾ ਵਾਰਸ ਹੈ ਲਾ ਇਲਾਹ ਇਲਾਹ ਦੂਸਰਾ ਵਾਰਸ ਹੈ ਮੁਹੰਮਦ ਰਸੂਲ ਅੱਲਾਹ ਤੀਸਰਾ ਵਾਰਸ ਹੈ ਅਲੀ ਵਲੀ ਅੱਲਾਹ ਹਾਏ ਕਰੀ ਸਦਰ ਮੈਂ ਆਖਾਂ ਦੇ ਹੋਰ ਕੌਣ ਵਾਰਸ ਹੈ ਸਹੀ ਦਾਦਾ ਚੌਥੀ ਉਹ ਵਾਰਸ ਹੈ ਜਿਹੜੀ ਦਰਬਾਰ ਚੋਂ ਖਾਲੀ ਵਲੀ ਤੇ ਪੰਜਵੀਂ ਉਹ ਵਾਰਸ ਹੈ ਜਿਹੜੀ ਛਤਰੀਆਂ ਸ਼ਾਹਰਾ ਜਾਦੀ ਰਹੀ ਹੈ ਚਾਦਰ ਦਿਓ ਮੈਂ ਰਸੂਲ ਜੀ ਅਠਾਰਾਂ ਫਿਰਾਵਾਂ ਦੀ ਲਾਵਾਰਸ ਬਹਿਣ ਡਿੱਠਾ ਪਹੁੰਚਾਈ ਨਹੀਂ ਸਕਿਆ ਮੈਂ ਜੁਮਲਾ ਪਹਿਲੀ ਸ਼ਰਤ ਦੱਸਾਂ ਹਾਂ ਫੁੱਫੀ ਮਾਂ ਬੀਬੀ ਦੀ ਸ਼ਾਮ ਵਿੱਚ ਵੱਖਰਾ ਮਕਾਨ ਆਪਣੇ ਅੱਜ ਪੁੱਤਰ ਕੋਈ ਨਹੀਂ।
ਬੀਬੀਆਂ ਦੀ ਗਿਣ ਲੈ ਜਿਹੜੇ ਬਚ ਗਏ ਉਹਨਾਂ ਦੇ ਮਾਮਲ ਮੰਗਾ ਸਾਈ ਤੁਹਾਡੀ ਗੜਾਣਾ ਮੇਰੇ ਤੇ ਵਾਜਬ ਹੈ ਸੱਤਰ ਮੇਰੇ ਸਾਹਮਣੇ ਔਖੀ ਹੈ ਤੁਹਾਡੀ ਸਾਈ ਸਹੀ ਹੌਸਲਾ ਕਰਿਆ ਜੇ ਤਿਲਬ ਰੱਖਾ ਤਰੇ ਮਹਮਲ ਆਏ ਬਸ਼ੀਰ ਦਮੋ ਰਾਹ ਵਾਲੇ ਪਾਸੇ ਬਾਦਸ਼ਾਹ ਸਜਾ ਦਮੋ ਮਾਮਲ ਵਾਲੇ ਪਾਸੇ ਮੇਰਾ ਵੇਖ ਜ਼ਖਮੀ ਹੱਥ ਚਾਏ ਮੇਰੇ ਮੌਲਾ ਫੁੱਫੀ ਅੰਮਾ ਰਸਤੇ ਦੋ ਸ਼ਾਮ ਤੋਂ ਮਦੀਨਾ ਸ਼ਾਮ ਤੋਂ ਕਰਬਲਾ ਕਰਬਲਾ ਤੋਂ ਮਦੀਨਾ ਅੰਮਾ ਕਿਹੜੇ ਰਸਤੇ ਤੇ ਜਾਵਾਂ ਕਰ ਲੀਜੇ ਸਾਈ ਆਖਾ ਔਖਾ ਜੁਮਲਾ ਅਜੇ ਅਲੀ ਦੀ ਧੀ ਚਿੱਟੀ ਦਾੜੀ ਵਾਲੇ ਬਜ਼ੁਰਗੋ ਨਹੀਂ ਬੋਲੀ ਪਿਛਲੇ ਮਾਮਲੇ ਚਵਾ ਦੀ ਸਜਾ ਮੇਰੇ ਬੇਟੇ ਵੀ ਅਮੀਰ ਮੇਰੇ ਸਾਹਮਣੇ ਵੀ ਅਮੀਰ ਬੀਬੀ ਅਜੇ ਪੇਕੇ ਨਹੀਂ ਆ ਪਿਓ ਤੋਂ ਕੁਝ ਨਹੀਂ ਮੰਗਿਆ ਸਾਹਮਣੇ ਆਈਆਂ ਤੇਰੇ ਬਾਪੇ ਤੋਂ ਕੁਝ ਨਹੀਂ ਮੰਗਿਆ ਬੀਬੀ ਅਜੇ ਦਿਲ ਲੈ ਅੱਜ ਮੈਂ ਮੰਗਾ ਅੰਮਾ ਹੁਕਮ ਕਰ ਬੀਬੀ ਅਜੇ ਮੇਰੀ ਮਿੰਨਤ ਤੇ ਉਸ ਰਸਤੇ ਤੇ ਜਾ ਜਿੱਥੇ ਮੇਰੀ ਸਕੀਨਾ ਦੀ ਕਬਰ ਹੈ ਬੀਬੀ ਅਜੇ ਦਿਲ ਲੈ ਮੈਂ ਧੀ ਦਾ ਸਲਾਮ ਕਰਾ ਆ ਜਾ ਮੈਂ ਲੈ ਲਉ ਤੇ ਮਹਮਲ ਹੈ ਮੈਂ ਰੁਕਦਾ ਨਹੀਂ ਮੈਂ ਸਦਰ ਨਾਲ ਸਦਰਾਂ ਦਾ ਹਾਲ ਬੀਬੀ ਮਾਮੋ ਤੋਂ ਲੱਥੀ ਹੈ ਸਕੀਨਾ ਦੀ ਕਬਰ ਤੇ ਆ ਕੇ ਦੀ ਕਬਰ ਚਬਾਏ ਰਵੇ ਸਾਡੇ ਜ਼ੇਵਰ ਲੈ ਗਏ ਕਬਰ ਚਵਾ ਦੀ ਮੁਬਾਰਕ ਹੋਈ ਤੁਹਾਡੇ ਜੀਂਦੀਆਂ ਲੈ ਗਏ ਮੈਂ ਮਾਸ਼ਰ ਚਿਕੜੀਆਂ ਨਾਲ ਮੈਂ ਅੱਲਾ ਦੀ ਅਦਾਲਤ ਦੇ ਚਿਕੜੀਆਂ ਨਾਲ ਮੁਫਤੀ ਸਾਹਿਬ ਕੋਈ ਬੰਦਾ ਮੇਰੇ ਤੇ ਸਵਾਲ ਕਰੇ ਅਸਗਰ ਦੀ ਮਾਂ ਦੇ ਹੁਕਮ ਤੇ ਤੇ ਮਾਮਲਾ ਆਏਗਾ ਹਰ ਕੇ ਸਲਾਮ ਕੀਤੇ ਅਸਗਰ ਦੀ ਮਾਂ ਕੋਈ ਗੱਲ ਕੀਤੀ ਹੈ ਜਾਂ ਕੋਈ ਨਾ ਅਲੀ ਦੀ ਅਲੀਆਂ ਮੁੜ ਕੇ ਡਿੱਠੇ ਸੇਰ ਬਾਪ ਦੂਰ ਦੋਤੇ ਖੜੀ ਹੈ ਬੀਬੀਆਂ ਦੀਆਂ ਫਰਡਾਈ ਜਲਦੀ ਆ ਧੀ ਦਾ ਸਲਾਮ ਕਰ ਲੋਕ ਦੀ ਕਿਵੇਂ ਆਵਾਂ ਉਹਦੀ ਕਬਰ ਤੇ ਛਾਏ ਮੈਂ ਧੋਤੇ ਰਹਾ ਰਹੇ ਧੀਆਂ ਅਲੀ ਦੀਆਂ ਟੁੱਟ ਪਈਆਂ ਬੀਬੀਆਂ ਦੀਆਂ ਦਸ ਦਸ ਹੀ ਧੀਆਂ ਦੇ ਪੇਕੇ ਕੌਣ ਆਉਂਦੇ ਆ ਆਦੀਏ ਮਾਂ ਤੇ ਪਿਓ ਬੀਬੀਆਂ ਦੀਆਂ ਡੰਨੇ ਮਾਂ ਤੇ ਪਿਓ ਲਾਉਣ ਫਿਰ ਪੇਕੇ ਆ ਆਦੀਏ ਫਿਰਾਂ ਬੀਬੀਆਂ ਦੀਆਂ ਡੰਨੇ ਇੱਕ ਦਿਨ ਲੈ ਚੁਣਾਓ ਮਾਰੇ ਨਾਲ ਫਿਰ ਪੇਕੇ ਆਦੀਏ ਭਰ ਜਾਇਆ ਧੀ ਅਲੀ ਦੀ ਝੋਲੀ ਬਣਾ ਕੇ ਦੀਏ ਤੁਸਾਂ ਮੇਰੇ ਪੇਕੇ ਹੋ ਮੈਂ ਤੁਹਾਡੀ ਰੀਆ ਬੀਬੀਆਂ ਦੀਆਂ ਟਿੱਕੀ ਬਣ ਕੇ ਨਹੀਂ ਇਨਸਾਨ ਹੀ ਬਣ ਕੇ ਆ ਬੀਬੀਆਂ ਦੀਆਂ ਖਾਲੀ ਨਾ ਬਲਾਵੇ ਮੈਂ ਖਾਲੀ ਵਾਲੀ ਹੋਈ ਮਾਂ ਦੀ ਰੀਆ ਆਦੀ ਹੁਕਮ ਕਰ ਦੀਆ ਮੇਰੇ ਨਾਲ ਸਕੀਨ ਦਾ ਸਲਾਮ ਕਰ ਇੱਕ ਪਾਸੋਂ ਮਲਕਾ ਦਾ ਜਵਾਨ ਪਏ ਇੱਕ ਪਾਸੋਂ ਅਲੀ ਦੀ ਧੀ ਨਾ ਪਏ ਅਸਗਰ ਦੀ ਮਾਂ ਧੀ ਦੀ ਕਬਰ ਤੇ ਆ ਕੇ ਖੜੀ ਲਈ ਬੈਠੀ ਨੀ ਲਾਲ ਸਭ ਗਈ ਹੈ ਬੀਬੀਆਂ ਦੀ ਸਕੀਨਾ ਕਬਰ ਚ ਬਾਹਰ ਵੇਖ ਮੈਂ ਮਜਬੂਰ ਆ ਤੋਂ ਮਿੱਟ ਗੁਜ਼ਰੇ ਕਬਰ ਹਲ ਗਈ ਹੈ ਬੀਬੀਆਂ ਦੀ ਸਕੀਨਾ